Z5 ऐप डाउनलोड करो ते देखो पूरे एपिसोड बिल्कुल फ्री। कहिंदे कि माँ पार्वती अपने पिछले जन्म च सती दे रूप विच राजा दक्ष दे घर जन्मे सी ते उस जन्म च भी भगवान शिव नू पान लई उन्होंने बड़ा तप किया। हे महादेव, जिदा तुहाडा साथ देण लई तुहाडी जिंदगी विच मां पार्वती आई सी, उदा ही मेरे पुत्र ते भी कृपा करना कि मेरे पुत्र दी जिंदगी विच भी कोई एहो जी कुड़ी भेजना जो उदा औखे सौखे वेले साथ दवे। ए किद्दां दा संकेत है मां काली? ए रुमाल तां हवा विच उड़दा ही जा रहा है, ए जमीन ते क्यों नहीं डिग रहा? मैं नहीं जानती मां मैं किथे जा रही हां, पर जे डॉक्टर ईशान किसी मुसीबत विच है तो तुसी प्लीज उन्हां दी रक्षा करना। ए सब तेरी शह दा नतीजा है, नहीं तो ओदे च इन्नी हिम्मत ना आंदी कि ओ मंडप छड़ के चली जांदी। सब मां काली दी खेड है। ए की होया उस्ताद जी, मेरी वोटी मंडप चो भज गई। ओदा ही सारे कहंदे रहंदे सी ਤੁਹਾਡੇ ਨਾਲ ਰਹਿ ਕੇ ਮੈਨੂੰ ਕੁੜੀ ਨ਀ ਮਿਲਣੀ, ਤੇ ਦੇਖੋ ਉਹੀ ਹੋਇਆ। ਹੁਣ ਮੈਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗਾ? ਕਿੰਨੇ ਸੁਪਨੇ ਦੇਖੇ ਸੀ ਮੈਂ, ਹੁਣ ਮੇਰਾ ਕੀ ਹੋਏਗਾ ਉਸਤਾਦ ਜੀ? ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇੰਨੀ ਸੋਹਣੀ ਸੁਨੱਖੀ ਕੁੜੀ ਨੇ ਡਮਰੂ ਨਾਲ ਵਿਆਹ ਨਹੀਂ ਕਰਾਉਣਾ। ਆਹੋ, ਤਾਂ ਹੀ ਤਾਂ ਮੌਕਾ ਦੇਖ ਕੇ ਭੱਜ ਗਈ। ਬੇਇੱਜ਼ਤੀ, ਬਹੁਤ ਵੱਡੀ ਬੇਇੱਜ਼ਤੀ! ਤੁਹਾਡੀ ਕੁੜੀ ਨੇ ਪੂਰੇ ਪਿੰਡ ਵਿੱਚ ਮੇਰੀ ਇੱਜ਼ਤ ਨਿਲਾਮ ਕੀਤੀ ਹੈ, ਮੇਰੇ ਮੂੰਹ ਤੇ ਚਪੇੜ ਮਾਰ ਕੇ ਗਈ ਹੈ। ਗੱਲਾਂ ਤਾਂ ਤੁਸੀਂ ਵੱਡੀਆਂ ਵੱਡੀਆਂ ਕਰਦੇ ਹੋ ਸ਼ਰਮਾ ਜੀ, ਦੇਖ ਲੋ ਤੁਹਾਡੀ ਕੁੜੀ ਨੇ ਤੁਹਾਡੀ ਵੀ ਪੱਗ ਦੀ ਇੱਜ਼ਤ ਨਹੀਂ ਕੀਤੀ, ਸਾਰਿਆਂ ਦੇ ਮੂੰਹ ਤੇ ਸਵਾਹ ਪਾ ਕੇ ਚਲੇ ਗਈ ਹੈ। ਮੈਂ ਇਹ ਬੇਇੱਜ਼ਤੀ ਬਰਦਾਸ਼ਤ ਨਹੀਂ ਕਰਾਂਗਾ। ਮੈਂ ਮੰਨਦਾ ਕਿਰਪਾਲ ਜੀ, ਸਾਡੇ ਤੋਂ ਗਲਤੀ ਹੋਈ ਹੈ। ਮੈਂ ਸ਼ਿਵਿਕਾ ਦੀ ਇਸ ਕਰਤੂਤ ਤੋਂ ਬਹੁਤ ਸ਼ਰਮਿੰਦਾ, ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ। ਮੈਨੂੰ ਬਸ ਇੱਕ ਮੌਕਾ ਦੇ ਦਿਓ, ਮੈਂ ਸ਼ਿਵਿਕਾ ਨੂੰ ਇੱਥੇ ਘੜੀਸ ਕੇ ਲੈ ਕੇ ਆਵਾਂਗਾ ਜੀ। ਬਸ ਬਹੁਤ ਕਰ ਲਿਆ ਤੁਹਾਡੇ ਤੇ ਭਰੋਸਾ, ਹੁਣ ਇਹ ਮਸਲਾ ਮੈਂ ਆਪਣੇ ਹਿਸਾਬ ਨਾਲ ਹੈਂਡਲ ਕਰੂੰਗਾ। ਹੁਣ ਇਹ ਵਿਆਹ ਵੀ ਹੋਏਗਾ ਤੇ ਤੁਹਾਡੀ ਕੁੜੀ ਨੂੰ ਮੇਰੀ ਬੇਇੱਜ਼ਤੀ ਦੀ ਸਜ਼ਾ ਵੀ ਮਿਲੇਗੀ। ਚਲੋ। ਭਗਵਾਨ ਸ਼ਿਵ ਦੇ ਰਹਿਣ ਸਹਿਣ ਬਾਰੇ ਤਾਂ ਤੁਸੀਂ ਸਭ ਜਾਣਦੇ ਹੀ ਹੋ, ਨਾ ਹੀ ਉਹਨਾਂ ਨੂੰ ਮਹਿਲਾਂ 'ਚ ਰਹਿਣ ਦਾ ਸ਼ੌਂਕ ਹੈ ਤੇ ਨਾ ਹੀ ਕਿਸੇ ਚੀਜ਼ ਦਾ ਮੋਹ ਹੈ, ਪਰ ਦਿਲ ਦੇ ਉਨੇ ਹੀ ਦਿਆਲੂ ਸੀ। ਜਦ ਵੀ ਦੁਨੀਆਂ ਨੂੰ ਬਚਾਉਣ ਦਾ ਮੌਕਾ ਮਿਲਿਆ ਉਹਨਾਂ ਨੇ ਅੱਗੇ ਆ ਕੇ ਦੁਨੀਆਂ ਨੂੰ ਬਚਾਇਆ, ਔਰ ਜਦ ਸਮੁੰਦਰ ਮੰਥਨ ਵਾਲੇ ਦਿਨ ਸਮੁੰਦਰ ਚੋਂ ਜ਼ਹਿਰ ਨਿਕਲਿਆ ਤਾਂ ਉਹ ਜ਼ਹਿਰ ਆਪ ਪੀ ਕੇ ਪੂਰੀ ਦੁਨੀਆਂ ਨੂੰ ਬਚਾ ਲਿਆ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।